सत श्री अकाल जी सारयां नूं, मैं तुहाडा अपना रोमी ठग लाइफ। तो अज की जो वीडियो है मेरी किसी भी धर्म नूं लैके नहीं है, किसी भी धर्म के खिलाफ नहीं है, जां मैं किसी धर्म के बारे नहीं बोलता। बस एक वीडियो, एक छोटी जी मैं छोटा जिहा मैं मैसेज देना चाहना, और वह किसी भी धर्म के नाल रिलेटड नहीं है। तो बस इहो ही है कि बस मेरी वीडियो पूरी गौर नाल देखियो, चीज नूं गल नूं समझियो। और जिहड़ियां पुरानियां माइयां बुढ़ियां जिहड़ियां अजे तक भी नहीं सुधरदियां, जिहड़ियां अजे तक भी अपने मतलब अपने आप नूं ही कहिंदियां वी सानूं ही सब मन्निया। आपां कहिंदे आ कि बजुर्गां नूं बहुत ज्यादा नॉलेज आ, पुराने जिन्ने बजुर्ग आ उहनां दीआं कईआं गल्लां सियाणियां हुंदियां, अजे तक भी उह सही आ। पर अजे तक उहनां दा जिहड़ा अंध विश्वास आ ना, उह वी नहीं हटण दिया अज भी। तो मैं इहो ही गल कहना कि मेरी पूरी वीडियो पूरी देखियो एंड तक। तो मेरी फिर एक गल है भी मैं किसी भी धर्म के नाल जां किसी धर्म नूं मैं माड़ा नहीं कहना, ना मैं कहना, ठीक है जी। तो वीडियो पूरी देखनी है। अमेरिका की न्यूयॉर्क सिटी के इंटरनल फेल फॉल्स नाम का एक वाटरफॉल है। इस झरने के थले एक छोटी जी गुफा बनी हुई है, जिस दे विचों कुदरती गैस रिसदी रहती है। इस गुफा के ज्यादातर समय अग लगी रहती है, बाहर तो यह गुफा इस तरह की दिखाई देती है। यही चीज जे कि अपने इंडिया च होंगी ना, जो इन्होंने दसिया कि अग बल रही है गुफा च, तो लोगों ने ना मथे टेक टेक के ना शराई हो गए होने ਵਿੱਚੋਂ ਕਈ ਤੁਰੇ ਜਾਣੇ। ਚਲੋ ਚਲੀ ਉੱਥੇ ਅੱਗ ਬਲਦੀ ਪਈ ਹੈ ਤੇ ਉੱਥੇ ਮਤਲਬ ਆਪਣੀ ਮੰਨਤ ਪੂਰੀ ਹੁੰਦੀ ਹੈ, ਉੱਥੇ ਆਪਣੀ ਇਹ ਇੱਛਾ ਪੂਰੀ ਹੁੰਦੀ ਹੈ। ਆਪਣਾ ਜਿਹੜਾ ਇੰਡੀਆ ਨਾ, ਅੰਧ ਵਿਸ਼ਵਾਸ 'ਚ ਅੱਜ ਵੀ ਉੱਦਾਂ ਹੀ ਹੈ ਜੋ ਹਜ਼ਾਰਾਂ ਸਾਲ ਪਹਿਲਾਂ ਸੀ ਨਾ। ਲੋਕ ਅੱਜ ਵੀ ਉਹੀ ਚੀਜ਼ 'ਚ ਡੁੱਬੇ ਪਏ। ਇੰਨੀ ਸਾਇੰਸ ਤਰੱਕੀ ਕਰ ਗਈ ਹੈ, ਇੰਨੀਆਂ ਚੀਜ਼ਾਂ ਐਡਵਾਂਸ ਹੋ ਗਈਆਂ, ਪਰ ਅੱਜ ਵੀ ਕੁਛ ਇਹੋ ਜਿਹੀਆਂ ਫੈਮਲੀਆਂ ਨੇ, ਅੱਜ ਵੀ ਕੁਛ ਇਹੋ ਜਿਹੇ ਟੱਬਰ ਹੈਗੇ ਜਿਹੜੇ ਨਾ ਅੰਧ ਵਿਸ਼ਵਾਸ ਦੇ ਵਿੱਚ ਬਾਬਿਆਂ ਪਿੱਛੇ ਤੁਰੇ ਦੇ ਆ। ਉੱਥੇ ਇਹਨੇ ਇਹ ਹੱਲ ਕਰ ਦੇਣਾ, ਸਾਡੇ ਘਰ 'ਚ ਆਏ ਆ, ਸਾਡੇ ਉੱਥੇ ਇਲਾਜ ਹੋਏ ਨਾ। ਉਹ ਬਸ ਕਰੋ ਬਸ ਕਰੋ, ਦੁਨੀਆ ਕਿੱਥੇ ਦੀ ਕਿੱਥੇ ਪਹੁੰਚ ਗਈ ਆ। ਪਰ ਅੱਜ ਵੀ ਨਾ ਅੰਧ ਵਿਸ਼ਵਾਸ ਅੱਜ ਵੀ ਓਨਾ ਹੀ ਹੈ ਸਲਾਹ, ਅੱਜ ਵੀ ਉਹੀ ਹਾਲ ਹੈ। ਅਤੇ ਇਹੋ ਹੀ ਚੀਜ਼ ਜੇ ਕਿਤੇ ਵਾਕਈ ਸਾਡੇ ਇੰਡੀਆ 'ਚ ਲਾਗੇ ਜਾ ਕੇ ਕਿਤੇ ਹੁੰਦੀ ਨਾ, ਉੱਥੇ ਮੰਦਰ ਬਣ ਗਏ ਦੇ ਹੋਣੇ ਸੀ, ਆਉਣ ਲੈਣਾ ਲੱਗੀਆਂ ਨੇ, ਪਰਚੀ ਕਟਾਉਣੀ ਕਰਨੀ ਸੀ, ਪ੍ਰਸ਼ਾਦ ਚੜ੍ਹਨ ਦੇ ਹੋਣੇ ਸੀ, ਮਤਲਬ ਲੋਕਾਂ ਨੇ ਕਮਾਈ ਕਰ ਲਈ ਹੋਣੀ ਦਿਮਾਗ ਚਲਾਉਣ ਵਾਲਿਆਂ ਨੇ। ਤੇ ਬਸ ਕਰੋ, ਇਹਨਾਂ ਚੀਜ਼ਾਂ ਤੋਂ ਉੱਪਰ ਉੱਠੋ, ਕੁਛ ਨਹੀਂ ਇਹਨਾਂ ਚੀਜ਼ਾਂ 'ਚੋਂ। ਦੁਨੀਆ ਬਹੁਤ ਤਰੱਕੀ ਕਰ ਗਈ ਹੈ, ਸਾਇੰਸ ਬਹੁਤ ਅੱਗੇ ਚੱਲ ਗਈ ਹੈ। ਅੰਧ ਵਿਸ਼ਵਾਸ 'ਚੋਂ ਬਾਹਰ ਨਿਕਲੋ, ਜਨਤਾ ਨੂੰ ਮੈਂ ਕਹਿਣਾ ਚਾਹੁੰਦਾ ਵੀ ਬਾਹਰ ਨਿਕਲੋ ਅਨਪੜ੍ਹ ਲੋਕਾਂ ਨੂੰ। ਅਤੇ ਕੁਛ ਅੱਜ ਵੀ ਉਹੀ ਪੁਰਾਣੀ ਸੋਚ ਦੇ ਜਿਹੜੇ ਮਾਲਕ, ਅੱਜ ਵੀ ਕੁਛ ਪੁਰਾਣੀਆਂ ਫੈਮਲੀਆਂ, ਕੁਛ ਪੁਰਾਣੇ ਟੱਬਰ ਜਿਹੜੇ ਅੱਜ ਵੀ ਉਹਨਾਂ ਚੀਜ਼ਾਂ 'ਚ ਵਿਸ਼ਵਾਸ ਰੱਖਦੇ ਆ। ਸਾਡੇ ਘਰ 'ਚ ਪਤਾ ਨਹੀਂ ਕੀ ਹੈ, ਸਾਡੇ ਘਰ 'ਚ ਪਤਾ ਨਹੀਂ ਕੁਛ ਇਹੋ ਜਿਹੀ ਹੈ ਜਿਹੜਾ ਸਾਡਾ ਘਰ ਨਹੀਂ ਮਤਲਬ ਤਰੱਕੀ ਕਰ ਪਾਉਂਦਾ ਸਾਡੇ ਨਿਆਣੇ। ਓਏ ਓਏ ਓ ਕੌਣ ਹੈ ਇਹ ਲੋਕ, ਕਹਾਂ ਸੇ ਆਤੇ ਹੈ? ਓ ਨਿਕਲੋ ਬਾਹਰ ਇਹਨਾਂ ਚੀਜ਼ਾਂ 'ਚੋਂ, ਸਾਰਾ ਸਮਝ ਨਹੀਂ ਆਉਂਦੀ ਕਿ ਅੱਜ। ਅੱਛਾ ਕਸੂਰ ਪਤਾ ਕਿਹਨਾਂ ਦਾ, ਜਿਹੜੇ ਪੁਰਾਣੇ ਆ ਇਹ ਵੀ ਬਜ਼ੁਰਗ ਕੁਛ ਹੈਗੇ ਆ ਨਾ, ਜਿਹੜੇ ਉਹ ਅਜੇ ਵੀ ਜਿਹੜੀਆਂ ਮਾਈਆਂ ਜਾਂ ਬੁੱਢੀਆਂ ਜਿਹੜੀਆਂ, ਜ਼ਿਆਦਾਤਰ ਮਾਈਆਂ ਬੁੱਢੀਆਂ ਜਿਹੜੀਆਂ ਘਰ ਨਹੀਂ ਮਤਲਬ ਕੰਮ ਕਰਕੇ ਰਾਜੀ, ਆਉਂ ਡੇਰਿਆਂ 'ਤੇ ਜਾ ਜਾ ਕੇ ਬੜੀਆਂ ਉੱਥੇ ਝਾੜੂ ਪੋਚੇ ਮਾਰਦੀਆਂ, ਅਤੇ ਇਹੋ ਜਿਹੀਆਂ ਜਗ੍ਹਾ 'ਤੇ ਜੇ ਕਿਸੇ ਨੇ ਦੱਸਦੀ ਨਾ ਉੱਥੇ ਉੱਥੇ ਭੈਣ ਉੱਥੇ ਇਹ ਹੱਲ ਹੋ ਜਾਂਦਾ ਹੀ, ਉੱਥੇ ਉਹ ਜਗ੍ਹਾ ਹੀ, ਉਹ ਇੱਥੇ ਆ ਬਾਬਾ ਜੀ। ਇਹ ਬੜੀ ਅੱਛੀ ਬਾਤ ਕਹੀ ਆ। ਅਤੇ ਆਹ ਜਿਹੜੀ ਤੁਸੀਂ ਚੀਜ਼ ਦੇਖੀ ਹੈ ਨਾ, ਆਪਣੇ ਅੱਗ ਬਲਦੀ ਪਈ ਆ, ਸਾਇੰਸ ਨੇ ਕੱਢੀ ਆ ਖੋਜ ਕਿ ਉੱਥੇ ਇੱਦਾਂ ਗੈਸ ਨਾਲ ਅੱਗ ਬਲਦੀ ਰਹਿੰਦੀ ਆ, ਅਤੇ ਸਾਡੇ ਲੋਕਾਂ ਨੇ ਕਹਿਣਾ ਨਾ ਮੰਨਣਾ ਹੀ ਨਹੀਂ। ਹੁੰਦੀ ਇਹੋ ਜਿਹੀ ਜਗ੍ਹਾ ਕਿਤੇ ਇੱਥੇ ਇੰਡੀਆ 'ਚ, ਤਾਂ ਮੰਨਣਾ ਹੀ ਕਿਤੇ। ਮੈਂ ਕਹਿੰਦਾ ਤੁਹਾਡਾ ਮਗਜ ਖਰਾਬ ਹੋਏ ਨਾ ਜੀ ਸਮਝਾ ਸਮਝਾ ਕੇ, ਪਰ ਇਹ ਮਾਈਆਂ ਨਹੀਂ ਕਈ ਮੰਨਦੀਆਂ। ਕਿਸੇ ਕਹਿ ਰਿਹਾ ਉਹਨਾਂ ਕਹਿਣਾ ਨਹੀਂ, ਗੁਫਾ ਦੇ ਉੱਤੇ ਪਾਣੀ ਥੱਲੇ ਅੱਗ ਬਲੰਡੀ ਹੈ, ਬੁਝਦੀ ਥੋੜੀ ਹੈ। ਇਹ ਮਾਈਆਂ ਜਿਹੜੀਆਂ ਇਹੋ ਜਿਹੀਆਂ ਨਾ, ਪੁਰਾਣੇ ਮੈਂ ਬੁੱਢੀਆਂ ਨੂੰ ਕਹਿਣਾ ਚਾਹੁੰਦਾ, ਜਿਹੜੀਆਂ ਪੁਰਾਣੀਆਂ ਮਾਈਆਂ ਨਾ ਜਿਹੜੀਆਂ ਬਸ ਕਰੋ, ਅੰਧ ਵਿਸ਼ਵਾਸ 'ਚੋਂ ਬਾਹਰ ਨਿਕਲੋ। ਸਾਇੰਸ ਬਹੁਤ ਤਰੱਕੀ ਕਰ ਚੁੱਕਿਆ ਆ, ਗਾਂਹ ਪਹੁੰਚ ਗਈ ਦੁਨੀਆ ਕਿਤੇ ਦੀ ਕਿਤੇ, ਪਰ ਕੁਛ ਲੋਕ ਅਜੇ ਵੀ ਇਹਨਾਂ ਚੀਜ਼ਾਂ 'ਚ ਡੁੱਬੇ ਪਏ ਆ। ਆ ਬਾਬਿਆਂ ਦੇ ਚੱਕਰਾਂ 'ਚ ਨਾ ਪਿਆ ਕਰੋ, ਆ ਸਾਧੂ ਜਿਹੜੇ ਆਉਂ ਤੁਰੇ ਫਿਰਦੇ ਆ ਨਾ ਕਈ, ਜਿਹੜੇ ਇੱਦਾਂ ਹੀ ਨਕਲੀ ਜਿਹੜੇ, ਮੈਂ ਕਹਿੰਦਾ ਸਾਰੇ ਨਹੀਂ, ਮੈਂ ਕਹਿੰਦਾ ਕੁਛ ਜਿਹੜੇ ਆ ਨਕਲੀ ਜਿਹੜੇ
ਤੁਰੇ ਫਿਰਦੇ ਆਪੋ ਆਮ ਹੀ ਸੜਕਾਂ ਤੇ ਲੋਕਾਂ ਦੇ ਘਰਾਂ 'ਚ ਇਹਨਾਂ ਕੋਲੋਂ ਬਚੋ ਅਤੇ ਆਪਣੇ ਘਰ 'ਚ ਦੇਖੋ ਆਪਣੇ ਮਾਂ ਪਿਓ ਦੀ ਇੱਜ਼ਤ ਕਰੋ ਮਾਂ ਪਿਓ ਤੋਂ ਵੱਡਾ ਕੋਈ ਰੱਬ ਨਹੀਂ ਹੈ ਠੀਕ ਹੈ ਠੀਕ ਹੈ ਨਾ ਮਾਂ ਪਿਓ ਤੋਂ ਵੱਡਾ ਕੋਈ ਰੱਬ ਨਹੀਂ ਹੈ ਉਹਦੀ ਸੇਵਾ ਕਰੋ ਸਭ ਕੁਛ ਘਰ 'ਚ ਖੁਸ਼ੀ ਹੈ ਜੇ ਤੁਸੀਂ ਮਾਂ ਪਿਓ ਨੂੰ ਖੁਸ਼ ਰੱਖਦੇ ਹੋ ਅਤੇ ਮੇਰਾ ਬਸ ਇਹੋ ਹੀ ਮੈਸੇਜ ਹੈ ਕਿ ਇਹਨਾਂ ਚੀਜ਼ਾਂ 'ਚ ਨਾ ਪਓ ਇਹ ਜਿਹੜੇ ਮਤਲਬ ਬਾਬਿਆਂ ਬੂਬਿਆਂ ਦੇ ਚੱਕਰਾਂ 'ਚ ਨਾ ਪਿਆ ਕਰੋ ਕੋਈ ਵੀ ਇਹੋ ਜਿਹੀ ਜਗ੍ਹਾ ਵੇਖਦੇ ਉੱਥੇ ਆਰਾਮ ਨਹੀਂ ਆਇਆ ਤਾਂ ਉੱਥੇ ਹੀ ਚੱਲੀਏ ਉੱਥੇ ਆਰਾਮ ਨਹੀਂ ਆਇਆ ਉੱਥੇ ਹੀ ਚੱਲ ਜਾਂਦੇ ਹਾਂ ਉੱਥੇ ਬਾਬਾ ਆਏਗਾ ਉੱਥੇ ਉਹ ਇਲਾਜ ਕਰਦਾ ਇਹ ਮਾਈਆਂ ਬੁੱਢੀਆਂ ਨਾ ਜਿਹੜੀਆਂ ਪੁਰਾਣੀਆਂ ਐਂ ਨਹੀਂ ਸੁਧਰਦੀਆਂ ਅਤੇ ਮੈਂ ਉਹ ਕਹਿਣਾ ਚਾਹੁੰਦਾ ਵੀ ਦੇਖੋ ਤੁਹਾਡੇ ਅੰਦਰ ਰੱਬ ਵੱਸਦਾ ਤੁਹਾਡੇ ਘਰ 'ਚ ਮਾਂ ਪਿਓ ਆ ਉਹਨਾਂ ਦੀ ਸੇਵਾ ਕਰੋ ਇੱਜ਼ਤ ਕਰੋ ਉਹ ਸਭ ਤੋਂ ਵੱਡਾ ਰੱਬ ਹੈ ਠੀਕ ਹੈ ਲੋੜ ਨਹੀਂ ਹੈ ਕੋਈ ਵੀ ਇਹੋ ਜਿਹੇ ਅੰਧ ਵਿਸ਼ਵਾਸਾਂ ਦੇ ਵਿੱਚ ਪੈਣ ਦੀ ਅਤੇ ਕਿਸੇ ਦੀ ਗੱਲ 'ਚ ਆਉਣ ਦੀ ਬਸ ਧੰਨਵਾਦ ਤੁਹਾਡਾ ਬਹੁਤ ਬਹੁਤ ਵੀਡੀਓ ਦੇਖਣ ਲਈ ਅਤੇ ਵੀਡੀਓ ਚੰਗੀ ਲੱਗੇਗੀ ਅਤੇ ਵੀਡੀਓ ਨੂੰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਚੈਨਲ।